ਸਤਿ ਸ੍ਰੀ ਅਕਾਲ ਦੋਸਤੋ, ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਲੋਕ ਸਭਾ ਚੋਣਾਂ 2024 ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਉੱਥੇ ਹੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਵਿੱਚੋਂ ਹੌਟ ਸੀਟ ਬਣੀ ਖਡੂਰ ਸਾਹਿਬ ਲੋਕ ਸਭਾ ਸੀਟ, ਜਿੱਥੇ ਕਿ ਹਰ ਇੱਕ ਦੀ ਪਲ ਪਲ ਦੀ ਨਜ਼ਰ ਹੈ। ਤੇ ਦੱਸ ਦਈਏ ਕਿ ਉੱਥੇ ਹੀ ਇੱਕ ਕੁਝ ਅਜਿਹੀ ਘਟਨਾ ਬੀਤੇ ਦਿਨ ਹੋਈ ਜਿਸ ਨੇ ਕਿ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ। ਉਹ ਘਟਨਾ ਸੀ ਅੰਮ੍ਰਿਤਪਾਲ ਸਿੰਘ ਨਾਂ ਦੇ ਇੱਕ ਸ਼ਖਸ ਵੱਲੋਂ ਆਜ਼ਾਦ ਤੌਰ ਤੇ ਕਾਗਜ਼ ਦਾਖਲ ਕਰਨਾ, ਜਿਸ ਦੀ ਕਿ ਦਿੱਖ ਵਾਲੀ ਫੋਟੋ ਵੀ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਉਹਨਾਂ ਦੇ ਨਾਲ ਮਿਲਦੀ ਜੁਲਦੀ ਸੀ। ਪਹਿਲਾਂ ਇਸ ਦੇ ਬਾਰੇ ਸਮਝਿਆ ਗਿਆ ਕਿ ਸ਼ਾਇਦ ਅਕਾਲੀ ਦਲ ਬਾਦਲ ਦੇ ਬਿਰਸਾ ਸਿੰਘ ਬਲਟੋਹਾ ਜਾਂ ਕਿਸੇ ਹੋਰ ਪਾਰਟੀ ਵੱਲੋਂ ਇਹ ਸਾਜ਼ਿਸ਼ ਹੈ, ਕਿਉਂਕਿ ਜੋ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਪਰ ਉਸ ਤੋਂ ਬਾਅਦ ਜਦੋਂ ਘੋਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਇਹ ਸ਼ਖਸ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਹੈ ਅਤੇ ਮੁੱਢਲੀ ਕਤਾਰ ਦਾ ਲੀਡਰ ਹੈ। ਉਸ ਤੋਂ ਬਾਅਦ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਇਸ ਸ਼ਖਸ ਦਾ ਵਿਰੋਧ ਹੋ ਰਿਹਾ ਸੀ ਅਤੇ ਨਿਹਾਲ ਸਿੰਘ ਵਾਲਾ ਦਾ ਇਹ ਸ਼ਖਸ ਹਾਲਾਂਕਿ ਸਾਹਮਣੇ ਤਾਂ ਨਹੀਂ ਆਇਆ ਸੀ, ਪਰ ਲੋਕ ਕਹਿ ਰਹੇ ਸਨ ਕਿ ਇਸ ਦੇ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਕਹਿਣਾ ਚਾਹੀਦਾ ਕਿ ਕਾਗਜ਼ ਵਾਪਸ ਲੈ, ਕਿਉਂਕਿ ਕਿਤੇ ਨਾ ਕਿਤੇ ਸੰਗਤਾਂ ਦੇ ਵਿੱਚ ਕੋਈ ਭਰਮ ਭੁਲੇਖਾ ਨਾ ਰਹੇ ਇਸ ਸ਼ਖਸ ਦੇ ਨਾਮ ਜਾਂ ਫਿਰ ਫੋਟੋ ਕਰਕੇ, ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਈ ਵੱਡੀ ਉਮਰ ਦੇ ਵੋਟਰ ਵੀ ਹੁੰਦੇ ਨੇ ਅਤੇ ਕਈ ਵੋਟਰ ਜਿਨ੍ਹਾਂ ਦੀ ਨਿਗਾਹ ਠੀਕ ਨਹੀਂ ਹੁੰਦੀ ਹੈ ਉਹਨਾਂ ਨੂੰ ਜਾਂ ਫਿਰ ਕਈ ਹੋਰਾਂ ਨੂੰ ਵੀ ਕਈ ਵਾਰ ਭੁਲੇਖਾ ਪੈ ਸਕਦਾ, ਇਹ ਕਹਿਣਾ ਸੀ ਅੰਮ੍ਰਿਤਪਾਲ ਸਿੰਘ ਦੇ ਸਪੋਰਟਰਾਂ ਦਾ। ਪਰ ਦੋਸਤੋ, ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸੰਗਤ ਦੇ ਦਬਾਅ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਖਾਲਸਾ ਨਾਂ ਦੇ ਇਸ ਸ਼ਖਸ ਵੱਲੋਂ ਆਪਣੇ ਕਾਗਜ਼ ਵਾਪਸ ਲੈ ਗਏ ਨੇ, ਇਹ ਇਸ ਵੇਲੇ ਦੀ ਵੱਡੀ ਖਬਰ ਹੈ। ਅਤੇ ਇਹ ਸ਼ਖਸ ਵੱਲੋਂ ਫੈਸਲਾ ਕਿਉਂ ਲਿਆ ਗਿਆ ਇਸ ਬਾਰੇ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਸੰਗਤ ਦੇ ਦਬਾਅ ਤੋਂ ਬਾਅਦ ਇਹ ਇੱਕ ਵੱਡੀ ਸਾਜ਼ਿਸ਼ ਜੋ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਇੱਕ ਵੱਡਾ ਖੜਾਓ ਆਇਆ ਹੈ ਅਤੇ ਇਸ ਸ਼ਖਸ ਵੱਲੋਂ ਸੰਗਤਾਂ ਦੇ ਵਿਰੋਧ ਨੂੰ ਦੇਖਦੇ ਹੋਏ ਆਪਣੇ ਕਾਗਜ਼ ਵਾਪਸ ਲੈ ਗਏ ਹਨ ਅਤੇ ਹੁਣ ਅੰਮ੍ਰਿਤਪਾਲ ਸਿੰਘ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਨੇ ਅਤੇ ਕੱਲ੍ਹ ਯਾਨੀ ਕਿ 17 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਜਿੰਨੇ ਵੀ ਪੂਰੇ ਇੰਡੀਆ ਦੇ ਵਿੱਚ ਉਮੀਦਵਾਰ ਹਨ ਲੋਕ ਸਭਾ ਚੋਣਾਂ 2024 ਦੇ, ਉਹਨਾਂ ਦੇ ਵਿੱਚੋਂ ਪੰਜਾਬ ਦੀਆਂ ਜੋ ਚੋਣਾਂ 1 ਜੂਨ ਨੂੰ ਹੋਣੀਆਂ ਨੇ, ਪੰਜਾਬ ਦੇ ਵਿੱਚ ਸਾਰੇ ਜੋ ਉਮੀਦਵਾਰ ਨੇ ਆਜ਼ਾਦ ਜਾਂ ਫਿਰ ਕਿਸੇ ਪਾਰਟੀ ਦੇ, ਉਹਨਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਜਾਣਗੇ ਚੋਣ ਕਮਿਸ਼ਨ ਦੁਆਰਾ। ਹਾਲਾਂਕਿ ਜੋ ਰਜਿਸਟਰਡ ਪਾਰਟੀਆਂ ਨੇ ਉਹਨਾਂ ਨੂੰ ਤਾਂ ਪਾਰਟੀ ਦਾ ਚੋਣ ਨਿਸ਼ਾਨ ਹੀ ਮਿਲਦਾ ਹੈ, ਪਰ ਜੋ ਆਜ਼ਾਦ ਉਮੀਦਵਾਰ ਹੁੰਦੇ ਨੇ ਜਾਂ ਜੋ ਅਨਰਜਿਸਟਰਡ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਚੋਣ ਨਿਸ਼ਾਨ ਦਿੱਤੇ ਜਾਂਦੇ ਨੇ ਚੋਣ ਕਮਿਸ਼ਨ ਦੁਆਰਾ। ਕੀ ਚੋਣ ਨਿਸ਼ਾਨ ਮਿਲਦਾ ਹੈ ਉਹ ਮਿਲਣ ਤੋਂ ਬਾਅਦ ਹੀ ਹਾਲਾਂਕਿ ਅਸਲੀ ਪ੍ਰਚਾਰ ਸ਼ੁਰੂ ਹੋਵੇਗਾ। ਕੀ ਕਹਿਣਾ ਤੁਹਾਡਾ ਤੇ ਕੀ ਲੱਗਦਾ ਤੁਹਾਨੂੰ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਨਤੀਜਿਆਂ ਬਾਰੇ ਜ਼ਰੂਰ ਕਮੈਂਟ ਕਰਨਾ। ਤੇ ਇਹ ਸੀ ਇਸ ਵੇਲੇ ਦੀ ਖਾਸ ਖਬਰ, ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ। ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਕੌਮ ਨੂੰ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਹੜਾ ਆਪਣੇ ਮਨਾਂ ਦੇ ਵਿੱਚ ਸ਼ੰਕਾ ਸੀ ਅੱਜ ਗੁਰੂ ਸਾਹਿਬ ਨੇ ਉਹ ਨਿਵਿਰਤ ਕਰ ਦਿੱਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਜਿਹੜੇ ਉਹ ਸਹੀ ਪਾਏ ਗਏ ਹੈ ਅਤੇ ਜਿਹੜੀ ਸਾਡੀ ਸੁਖਣਾ ਸੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਕਾਗਜ਼ ਸਹੀ ਪਾਏ ਜਾਣ ਅਤੇ ਖਡੂਰ ਸਾਹਿਬ ਦੀ ਸੀਟ ਤੋਂ ਵੀ ਜਿੱਤ ਹੋਵੇ ਅਤੇ ਸੰਗਰੂਰ ਦੀ ਸੀਟ ਤੋਂ ਵੀ ਜਿੱਤ ਹੋਵੇ ਅਤੇ ਬਾਕੀ ਸਾਰੀਆਂ ਸੀਟਾਂ ਜਿੱਥੇ ਸਾਡੇ ਕੈਂਡੀਡੇਟ ਖਲੋਤੇ ਆ ਮਹਾਰਾਜ ਸਾਹਿਬ ਫਤਿਹ ਬਖਸ਼ਣ। ਸੋ ਅੱਜ ਅਸੀਂ ਸ਼ੁਕਰਾਨਾ ਕਰਨ ਵਾਸਤੇ ਆਏ ਹਾਂ ਅਤੇ ਆਹ ਤਖ਼ਤ ਦੇ ਲਾਗੇ ਖਲੋਤੇ ਆ ਜਿਹੜੇ ਤਖ਼ਤ 'ਤੇ ਬਾਦਸ਼ਾਹ ਬਹਿ ਕੇ ਹੁਕਮ ਕਰਦਾ ਹੁੰਦਾ ਸੀ ਕਿ ਇਹਨਾਂ ਦੇ ਬੰਦ ਕੱਢ ਦਿਓ, ਦੇਗਾਂ 'ਚ ਬਾਲ ਦਿਓ, ਰੂਹ 'ਚ ਸਾੜ ਦਿਓ।
ਤੇ ਮੈਂ ਸਿੱਖ ਕੌਮ ਨੂੰ ਪੰਥ ਨੂੰ ਅਪੀਲ ਕਰਦਾ ਕਿ ਹੁਣ ਤੁਸੀਂ ਅਣਖ ਤੇ ਗੈਰਤ ਨੂੰ ਜਾਣਦੇ ਹੋਏ ਜਿਹੜੇ 15-14 ਦਿਨ ਬਚੇ ਆ, ਰਾਤ ਦਿਨ ਇੱਕ ਕਰਕੇ ਧੂੜ ਧਮਾ ਦਿਓ, ਸੰਗਰੂਰ ਵੀ ਫਤਿਹ ਕਰੋ, ਖਡੂਰ ਸਾਹਿਬ ਵੀ ਫਤਿਹ ਕਰੋ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ, ਅਤੇ ਜਿੰਨੀਆਂ ਵੀ ਸਾਡੀਆਂ ਜਿਹੜੇ ਸਾਡੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖੜ੍ਹੇ ਉਹਨਾਂ 'ਤੇ ਜਿੱਤ ਪ੍ਰਾਪਤ ਕਰਾਓ, ਕਿਉਂਕਿ ਆਪਾਂ ਆਪਣੇ ਮੀਰੀ ਪੀਰੀ ਦੇ ਤਖ਼ਤ ਨੂੰ ਮੁੱਖ ਕਰਕੇ ਅਤੇ ਦਿੱਲੀ ਵਾਲੇ ਤਖ਼ਤ ਨੂੰ ਪਿੱਠ ਕਰੀਏ। ਸੋ ਇਹ ਮੇਰੀਆਂ ਬੇਨਤੀਆਂ ਹੈ ਅਤੇ ਕੱਲ੍ਹ ਨੂੰ ਅਸੀਂ ਇੱਥੋਂ ਸ਼ੁਕਰਾਨਾ ਜਿਹੜਾ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਜਾ ਕੇ ਆਪਣੇ ਕਾਗਜ਼ ਵਿਦਡਰਾਅ ਕਰਾਂਗੇ ਅਤੇ ਭਾਈ ਸਾਹਿਬ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਾਸਤੇ ਮੈਦਾਨ ਦੇ ਵਿੱਚ ਰਾਤ ਦੇ ਨਿੱਕ ਕਰ ਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।